पूरे जग विच वसदे हुए पंजाबी प्यारियो, हाशिम शाह जीवन ते रचना की अगली लड़ी लैके बाबा बाजवा चैनल तो इहसान बाजवा तुहाडी खिदमत हाजिर। सज्जनों, मैं तुहाडे नाल हाशिम शाह जीवन ते रचना के सरनामे हेठ हाशिम शाह दे किस्सा शीरी फरियाद बारे जानकारी सांझी इस तो पहला भी की सी और अज भी उस दे बारे च असीं तुहाडे नाल गल कर रहे हैं। उस जानकारी नूं अगे टोरदिआं होइआं दसदे जाइए भी होर किस्सिआं दा रचन दा मकसद दसदिआं इह गल उहनां दे किस्से दे मुढ विच हाशिम शाह होरां ने वाजिआ कर दित्ती सी भी उहनां ने इह करतां अपनी तबीयत दा जोश विखाण ਅਤੇ ਕਾਮਲ ਇਸ਼ਕ ਦੇ ਸੋਹਲੇ ਗਾਣ ਲਈ ਰਚੀਆਂ ਸਨ। ਆਪਣੀ ਕਿੱਸਿਆਕਾਰੀ ਇਸ ਦੀ ਜਾਮਿਆ ਅਟਕਲ ਅਤੇ ਇਸ ਦੇ ਐਸੇ ਵਾਜ਼ਿਆ ਮਕਸਦ ਨੂੰ ਸਾਹਮਣੇ ਰੱਖਦਿਆਂ ਜੇ ਉਹਨਾਂ ਨੇ ਆਪਣਾ ਕਿੱਸਾ ਸ਼ੀਰੀ ਫਰਿਆਦ ਵੀ ਆਪਣੇ ਹੋਰ ਕਿੱਸਿਆਂ ਸੱਸੀ ਪੁੰਨੂ ਅਤੇ ਸੋਹਣੀ ਮਹੀ ਵਾਂਗ ਕਿਸੇ ਸੁਣੀ ਸੁਣਾਈ ਦਾਸਤਾਨ ਦੀ ਬੁਨਿਆਦ 'ਤੇ ਸ਼ੌਕ ਦਿਲੇ ਵਿੱਚ ਧਾਰ ਕੇ ਲਿਖ ਦਿੱਤਾ ਸੀ ਤਾਂ ਅਜਿਹੇ ਸਿਲਸਿਲੇ 'ਚ ਨਾ ਕੂੜ ਨਾ ਅਪਰਾਧ ਅਤੇ ਨਾ ਹੀ ਹੈਰਾਨੀ ਵਾਲੀ ਕੋਈ ਨਵੇਕਲੀ ਜਾਂ ਜੁੱਗੋਂ ਵੱਖਰੀ ਜਿਹੜੀ ਇਹ ਗੱਲ ਹੈ ਜਾਂ ਕਾਰਵਾਈ ਹੈ। ਸਾਡੀਆਂ ਆਪਣੀਆਂ ਪ੍ਰੀਤ ਕਹਾਣੀਆਂ ਹੀਰ ਅਤੇ ਸੱਸੀ ਵਰਗੀਆਂ ਵੀ ਹਨ ਜੋ ਵੱਖ ਵੱਖ ਬੋਲੀਆਂ ਅਤੇ ਇਲਾਕਿਆਂ ਦੇ ਲਿਖਾਰੀਆਂ ਦੇ ਹੱਥਾਂ ਵਿੱਚ ਕਈਆਂ ਤਰ੍ਹਾਂ ਦੇ ਰੰਗ ਰੂਪ ਵਟਾਉਂਦੀਆਂ ਰਹੀਆਂ ਨੇ। ਹਾਸ਼ਿਮ ਸ਼ਾਹ ਜੀ ਨੇ ਸੱਸੀ ਵਾਂਗ ਸ਼ੀਰੀ ਵਿੱਚ ਵੀ ਆਪਣੇ ਬਿਆਨ ਨੂੰ ਦਰਦੀਲਾ ਅਤੇ ਬਾਮਹਿਨੀ ਬਣਾਉਣ ਵਿੱਚ ਆਪਣੀ ਕਲਾ ਅਤੇ ਖਿਆਲ ਉਡਾਰੀ ਦੀ ਪੁੱਠ ਚੜ੍ਹਾਉਣ ਅਤੇ ਇਸ ਨੂੰ ਆਪਣੇ ਉੱਤੇ ਦੱਸੇ ਹੋਏ ਸੱਚੇ ਵਿੱਚ ਢਾਲਣ ਲਈ ਕੁਝ ਪ੍ਰਚਲਿਤ ਘਟਨਾਵਾਂ ਅਤੇ ਲੰਮੇ ਚਿਰ ਤੋਂ ਮੰਨੀਆਂ ਪਰਵੰਨੀਆਂ ਜਿਹੜੀਆਂ ਰਵਾਇਤਾਂ ਨੂੰ ਲੋੜ ਮੁਤਾਬਕ ਛਾਂਗ ਛੂੰਗ ਕੇ ਅਤੇ ਮਾਂਝ ਮੂੰਝ ਕੇ ਬਣਾ ਲਿਆ ਹੋਣਾ ਹੈ। ਉਹਨਾਂ ਨੇ ਤਾਂ ਸੌ ਵਿਸਵੇ ਜਿਹੜਾ ਅੱਜ ਦਾ ਪੰਜਾਬ ਵਿੱਚ ਪ੍ਰਚਲਿਤ ਲੋਕ ਪ੍ਰਵਾਨ ਰੂਪ ਨੂੰ ਹੀ ਪ੍ਰਵਾਨ ਕਰ ਲਿਆ ਹੋਣਾ ਹੈ। ਪਰ ਸਵਾਲਾਂ ਦਾ ਸਵਾਲ ਇਹ ਵੇ ਵੀ ਇਸ ਮੰਗੇ ਹੋਏ ਢਾਂਚੇ ਨੂੰ ਪਹਿਲੀ ਵਾਰੀ ਪੰਜਾਬੀ ਵਿੱਚ ਪੇਸ਼ ਕਰਨ ਲੱਗਿਆਂ ਆਪਣੇ ਕਿੱਸੇ ਲਿਖਣ ਦੇ ਢੰਗ, ਇਸ਼ਕ ਦੇ ਇਸ ਕਿੱਸੇ ਨੂੰ ਰਚਣ ਦਾ ਮਕਸਦ ਪੂਰਾ ਕਰਨ ਲਈ ਕਿੰਨੇ ਕੁ ਕਾਮਯਾਬ ਜਾਂ ਨਾਕਾਮ ਹੋਏ ਨੇ। ਉਹਨਾਂ ਦੀ ਇਸ ਕਰਤ ਨੂੰ ਇਸ ਪੱਖੋਂ ਵੀ ਨਿਰਪੱਖ ਹੋ ਕੇ ਪਰਖਿਆਂ ਇਹ ਮੰਨਣਾ ਪੈਂਦਾ ਵੀ ਉਹ ਇਸ ਨੂੰ ਆਪਣੇ ਦਿਲੋਂ ਦੱਸੇ ਗਏ ਦਿਲ ਦੇ ਸ਼ੌਕ ਨੂੰ ਸੱਚਜ ਨਾਲ ਨਿਭਾਉਣ ਅਤੇ ਉਸ ਵਿੱਚ ਲੋੜੀਦਾ ਦਰਦ ਅਤੇ ਸੋਜ਼ ਭਰਨ ਅਤੇ ਇਸ ਨੂੰ ਦਰਦ ਸ਼ਨਾਸਾਂ ਦੇ ਮੁਹੱਬਤ ਨਾਲ ਪੜ੍ਹੇ ਜਾਣ ਦੇ ਕਾਬਲ ਬਣਾਉਣ ਵਿੱਚ ਬਿਨਾਂ ਸ਼ੱਕ ਸ਼ੁਬੇ ਦੇ ਕਾਮਯਾਬ ਰਹੇ ਨੇ। ਤਾਂ ਹੀ ਤਾਂ ਮੁਹੰਮਦ ਬਖਸ਼ੁਰੀ ਉੱਤੇ ਦੱਸਿਆ ਸਭ ਕੁਝ ਆ ਕੇ ਵੀ ਹਾਸ਼ਿਮ ਸ਼ਾਹ ਜੀ ਦੀ ਸਫਾਈ ਵਿੱਚ ਇਉਂ ਲਿਖਦੇ ਨੇ, ਟੂੰਡ ਰਵਾਇਤ ਸੱਚੀ ਕੂੜੀ ਕਰਨਾ ਸੀ ਇਹ ਕਾਰਾ, ਫਿਰ ਉਸ ਦਰਦ ਬਿਆਨ ਕਰਨ ਦਾ ਆਹ ਮਤਲਬ ਸਾਰਾ, ਅਤੇ ਮੁਕਤ ਦਮੀਨਾ ਦੇ ਫਰਮਾਏ ਭੰਗ ਨਾ ਪਾਵੇ ਪਿਆਰੇ, ਅਤੇ ਸੁਣੀ ਸੁਣਾਈ ਉਸ ਵੀ ਆਖੀ ਕੀ ਸਿਰ ਦੋਸ਼ ਵਿਚਾਰੇ। ਖੈਰ, ਉੱਤੇ ਦੱਸੇ ਸ਼ਾਇਰਾਂ ਜਿਨ੍ਹਾਂ ਹਾਸ਼ਿਮ ਸ਼ਾਹ 'ਤੇ ਸ਼ੱਕ ਕਰਨ ਵਾਲਿਆਂ ਨੂੰ ਉਸੇ ਕਿੱਸੇ ਦੀ ਬਸ ਕਹਾਣੀ ਦੀ ਰੂਪ ਰੇਖਾ ਅਤੇ ਗਿਲਾ ਜਾਂ ਇਤਰਾਜ਼ ਸੀ ਕਿ ਉਹ ਕਹਾਣੀ ਜਿਹੜੀ ਹੈ ਉਹਦੀ ਜਿਹੜੀ ਟੋਰਾ ਹੈ ਉਹਦੇ ਵਿੱਚ ਉਹ ਪਹਿਲਿਆਂ ਵਾਂਗਰ ਨਹੀਂ। ਜਿੱਥੋਂ ਤੀਕਰ ਇਸ ਦੇ ਕਲਾ ਪੱਖ ਦਾ ਤਲਕ ਹੈ, ਤਾਂ ਅਹਿਮਦਯਾਰ ਨੇ ਤਾਂ ਭਾਵੇਂ ਚੋਪੀ ਵੱਟੀ ਸੀ, ਪਰ ਮੀਆਂ ਮੁਹੰਮਦ ਬਖਸ਼ ਨੇ ਤਾਂ ਆਪਣੇ ਅਗਲੇ ਸ਼ੇਰ ਵਿੱਚ ਇਹ ਵੀ ਸਾਫ਼ ਕਰ ਦਿੱਤਾ, ਨਿਤਾਰਾ ਕਰ ਦਿੱਤਾ, ਬੈਂਤ ਤਰਾਜ਼ੂ ਤੋਲ ਬਣਾਏ ਉਸ ਸਾਰੇ ਲੱਜ਼ਤ ਵਾਲੇ, ਅਤੇ ਕਲੀਆਂ ਚੁਣ ਚੁਣ ਹਾਰ ਪਰੋਤੁਸ ਨਰਗਸ ਅਤੇ ਗੁੱਲ ਲਾਲੇ। ਪ੍ਰੋਫੈਸਰ ਨਾਮ ਸਿੰਘ ਸ਼ਾਨ ਜੀ ਆਖਦੇ ਨੇ ਵੀ ਸਾਡੇ ਮੌਜੂਦਾ ਜਿਹੜੇ ਤਨਕੀਦ ਨਗਾਰ ਨੇ ਉਹਨਾਂ ਵਿੱਚੋਂ ਪ੍ਰੋਫੈਸਰ ਸੰਤ ਸਿੰਘ ਸੇਖੂ ਨੇ ਤਾਂ ਇਸ ਨੂੰ ਸ਼ਾਇਰੀ ਦੀ ਸਭ ਤੋਂ ਮੁਕੰਮਲ ਅਤੇ ਸੁਲਝੀ ਹੋਈ ਰਚਨਾ ਮੰਨਿਆ, ਅਤੇ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਮੁਤਾਬਕ ਹਾਸ਼ਿਮ ਮਜਾਜ਼ੀ ਪੱਖੋਂ ਤਾਂ ਸੱਸੀ ਪੁੰਨੂ ਨਾਲ ਸ਼ੀਰੀ ਫਰਿਆਦ ਵਿੱਚ ਵਧੇਰਾ ਕਾਮਯਾਬ ਹੋਇਆ ਏ। ਪਰ ਖੂਬੀਆਂ ਦੇ ਲਿਹਾਜ਼ ਨਾਲ ਸ਼ੀਰੀ ਫਰਿਆਦ ਵਾਲਾ ਕਿੱਸਾ ਸੱਸੀ ਪੁੰਨੂ ਨਾਲ ਬਰ ਨਹੀਂ ਮੇਚ ਸਕਿਆ। ਉਸ ਦੀ ਕਿੱਸਾਕਾਰੀ ਦਾ ਖਿਲਾਰ, ਜਦਾਈ ਦਾ ਬਿਆਨ ਅਤੇ ਇਸ਼ਕ ਦੀਆਂ ਅੰਦਰਲੀਆਂ ਬਾਹਰਲੀਆਂ ਵਾਰਦਾਤਾਂ ਦਾ ਖੁੱਲ੍ਹਾ ਬਿਆਨ ਵੀ ਉਸ ਨੂੰ ਹਾਸ਼ਿਮ ਸ਼ਾਹ ਦੇ ਦੂਜਿਆਂ ਕਿੱਸਿਆਂ ਤੋਂ ਵੱਖਰਾ ਕਰ ਦਿੰਦਾ। ਉਹਨਾਂ ਦੀ ਤਕਨੀਕ ਅਤੇ ਕਲਾ ਦੇ ਪੱਖ ਵੀ ਸਾਹਮਣੇ ਰੱਖ ਕੇ ਉਹਨਾਂ ਨੂੰ ਤੁਲਨਾ ਕੀਤੀ ਜਾਵੇ ਜਾਂ ਤੋਲਿਆ ਜਾਏ ਤਾਂ ਇਸ ਦੀਆਂ ਹੋਰ ਖਾਸੀਅਤਾਂ ਜਾਂ ਨਵੇਕਲੀਆਂ ਖੂਬੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ, ਔਰ ਉਹਨਾਂ ਵਿੱਚੋਂ ਕੁਝ ਹੇਠਾਂ ਲਿਖੇ ਮੁਤਾਬਕ ਨੇ।
ਹਾਸ਼ਮ ਸ਼ਾਹ ਨੇ ਸੱਸੀ ਪੁੰਨੂ, ਸੋਹਣੀ ਮਹੀਂਵਾਲ ਅਤੇ ਹੀਰ ਰਾਂਝਾ ਦੀਆਂ ਪਹੀ ਪ੍ਰੀਤ ਕਹਾਣੀਆਂ ਨੂੰ ਨਜ਼ਮਾਵਣ ਵੇਲੇ ਕਿੱਸਿਆਂ ਵਿੱਚ ਇਸ਼ਕ ਅਤੇ ਜੁਦਾਈ ਵਰਗੀਆਂ ਬਿਆਨਾਂ ਅੰਦਰ ਪਹਿਲਾ ਜਾਂ ਪ੍ਰਧਾਨਗੀ ਉਹਨਾਂ ਦੀਆਂ ਨਾਇਕਾਵਾਂ ਨੂੰ ਦਿੱਤੀ ਹੈ। ਯਾਨੀ ਉਹਨਾਂ ਯਾਨੀ ਜਦੋਂ ਕਿੱਸੇ ਨੂੰ ਬਿਆਨ ਕੀਤਾ ਅਤੇ ਉਹਨਾਂ ਜਿਹੜੀ ਪਹਿਲ ਹੈ ਉਹਨਾਂ ਦੀ ਜਿਹੜੀ ਨਾਇਕਾ ਹੈ ਹੀਰੋਇਨ ਨੇ ਉਹਨਾਂ ਨੂੰ ਅੱਗੇ ਰੱਖਿਆ ਹੈ। ਉਸ ਕਿੱਸੇ ਵਿੱਚ ਨਾਇਕ ਜਿਹੜਾ ਫਰਿਹਾਦ ਨੂੰ ਉਹਦੀ ਜਿਹੜੀ ਇਹ ਪਹਿਲਤਾ ਮਿਲੀ ਹੈ। ਯਾਨੀ ਸ਼੍ਰੀ ਫਰਿਹਾਦ ਵਿੱਚ ਇਹ ਮਾਨਤਾ ਅਤੇ ਮੁਕਾਮ ਉਹਨਾਂ ਫਰਿਹਾਦ ਨੂੰ ਦਿੱਤਾ ਹੈ, ਜਦੋਂ ਕਿ ਸੱਸੀ ਅਤੇ ਸੋਹਣੀ ਦੇ ਵਿੱਚ ਉਹਨਾਂ ਦੀ ਜਿਹੜੀ ਨਾਇਕਾ ਸੀ ਸੋਹਣੀ ਅਤੇ ਸੱਸੀ ਉਹਨਾਂ ਨੂੰ ਉਹਨਾਂ ਅੱਗੇ ਰੱਖਿਆ ਸੀ। ਇਸ ਲਈ ਇਸ ਕਿੱਸੇ ਦਾ ਬਿਆਨ ਉੱਥੇ ਅਤੇ ਉਸ ਵੇਲੇ ਵੀ ਦਿਲ ਵਿੰਨਵਾਂ ਅਤੇ ਕਲੇਜੇ ਧਰੂ ਪਾਉਣ ਵਾਲਾ ਜਾਪਣ ਲੱਗ ਪੈਂਦਾ ਹੈ, ਜਿੱਥੇ ਉਹਨਾਂ ਨੇ ਪ੍ਰੇਮੀ ਫਰਿਹਾਦ ਨੂੰ ਆਪਣੀ ਪ੍ਰੇਮਨ ਸ਼ੀਰੀ ਦੇ ਦੀਦ ਅਤੇ ਵਸਲ ਲਈ ਲੁੜਛਦਾ, ਤੜਫਦਾ ਅਤੇ ਘਾਲਾਂ ਘਾਲਦਾ ਮਤਲਬ ਇਹ ਵਿਖਾਵਣ ਦਾ ਯਤਨ ਕੀਤਾ ਹੈ। ਡੁੱਲੇ ਨੈਣ ਗਬਾਰ ਜਨੂਨੀ, ਖੁੱਲੜੇ ਵਾਲ ਵਜੋਗੀ ਅਤੇ ਤੋਰੀ ਰੰਗ ਕੁਰੰਗੋਂ ਆਹੀ ਤਾਰ ਵਜੇ ਜੂੰ ਜੋਗੀ। ਇਹ ਕਿੱਸਾ ਹਾਸ਼ਮ ਸ਼ਾਹ ਦੀ ਇੱਕੋ ਇੱਕੋ ਸੰਪੂਰਨ ਰਚਨਾ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਸਮੇਂ ਦੇ ਬੁਹਰਾਨੀ ਦੌਰ ਦੀ ਸੂਰਤ ਹਾਲ ਵੱਲ ਵੀ ਇੱਕ ਭਰਵੀਂ ਝਾਤ ਪੁਆ ਦਿੱਤੀ ਹੈ ਅਤੇ ਇਸ ਦੀ ਇੱਕ ਝਾਤ ਵਿੱਚ ਸਮਕਾਲੀ ਜੀਵਨ ਦਾ ਲਗਭਗ ਖਾਸ ਪੱਖ ਵੀ, ਜਿਹੜਾ ਪੱਖ ਦਾ ਸਿਆਸੀ, ਸਮਾਜੀ, ਮਜ਼ਹਬੀ, ਸਕਾਫਤੀ ਅਤੇ ਤਾਰੀਖੀ ਰੰਗ ਰੂਪ ਵੀ ਦਿਸਦਾ ਹੈ। ਮਿਸਾਲ ਵਜੋਂ ਜ਼ਮਾਨੇ ਦੇ ਮਜ਼ਹਬੀ ਹਾਲਤ ਅਤੇ ਮਜ਼ਹਬੀ ਆਗੂਆਂ ਦਾ ਜ਼ਿਕਰ ਕਰਦਿਆਂ ਹੋਇਆਂ ਹਾਸ਼ਮ ਸ਼ਾਹ ਲਿਖਦੇ ਨੇ ਕਿ ਨਾਕਸ ਨੀਚ ਨਫਸ ਅਤੇ ਤਾਲਬ ਬਣਨ ਮਸ਼ਾਇਖ ਬਾਤੀ ਅਤੇ ਕੌਡੀ ਦਮ ਕਿਤੋਂ ਹੱਥ ਆਵੇ ਢੂੰਡ ਇਹੋ ਦਿਨ ਰਾਤੀ। ਇਸ ਦੀ ਅਜਿਹੀ ਖੂਬੀ ਨੂੰ ਮੁੱਖ ਰੱਖਦਿਆਂ ਇਹ ਗੱਲ ਮੰਨਣੀ ਪੈਂਦੀ ਹੈ ਕਿ ਹਾਸ਼ਮ ਸ਼ਾਹ ਨੇ ਇਸ ਕਿੱਸੇ ਵਿੱਚ ਜ਼ਮਾਨੇ ਨੂੰ ਧਿਆਨ ਵਿੱਚ ਰੱਖਿਆ। ਹਾਸ਼ਮ ਸ਼ਾਹ ਦੀ ਇਹ ਰਚਨਾ ਸੂਫੀ ਰਮਜ਼ਾਂ ਅਤੇ ਹਿਜਰ ਦੀਆਂ ਕਸਕਾਂ ਨਾਲ ਕਾਫੀ ਭਰੀ ਪਈ ਹੈ। ਇਸ ਦਾ ਬਿਆਨ ਵੀ ਰਵਾਨ ਅਤੇ ਢੁਕਵਾਂ ਫੱਬਵਾਂ। ਇਸ ਕਿੱਸੇ ਦੀ ਬੋਲੀ ਅਤੇ ਸ਼ਾਇਰੀ ਜਿਹੜੀ ਹੈ ਬੁਨਤਰ ਵਿੱਚ ਬੜੀ ਕਾਮਯਾਬ ਹੈ, ਜਿਵੇਂ ਕਾਫਰ ਸੋਜ਼ ਅੰਧੇਰੀ ਬਿਰਹੋਂ ਸੁੱਧ ਬੁੱਧ ਰਹਿਣ ਨਾ ਦਿੰਦੀ। ਪਰ ਇਸ ਵਿੱਚ ਸ਼ਾਇਰੀ ਰੰਗ ਰੂਪ ਵੰਨ ਸਵੰਨੇ ਅਹਿਸਾਸਾਂ ਅਤੇ ਜਰਨ ਜਰਾਨ ਦੀਆਂ ਅਤੇ ਬਰਦਾਸ਼ਤ ਦੀਆਂ ਅਜਿਹੀਆਂ ਸੂਰਤਾਂ ਦਰਜ ਨਹੀਂ ਜੋ ਸੱਸੀ ਦੇ ਦੋਹੜਿਆਂ ਵਿੱਚ ਦਿਲਾਂ ਨੂੰ ਖਿੱਚ ਪਾਉਂਦੀਆਂ ਨੇ। ਇਸ ਵਿੱਚ ਅਣਗਿਣੇ ਦਰਦ ਫਰਾਕ ਦੀਆਂ ਕੀਰਨਿਆਂ ਵਿੱਚ ਹੀ ਸਮੁੱਚੇ ਤੌਰ 'ਤੇ ਉਹਨਾਂ ਸੇਕ ਨਹੀਂ ਜਿੰਨਾ ਸੱਸੀ ਪੁੰਨੂ ਦੇ ਆਖਰੀ ਹਿੱਸੇ ਨੂੰ ਪੜ੍ਹਦਿਆਂ ਸਰੀਰ ਨੂੰ ਅਤੇ ਰੂਹ ਨੂੰ ਲੱਗਦਾ। ਸ਼੍ਰੀ ਫਰਿਆਦ ਕਿੱਸਾ ਆਪਣੇ ਸਾਈਜ਼ ਵਿੱਚ ਹਾਸ਼ਮ ਸ਼ਾਹ ਜੀ ਦੀਆਂ ਸਭਨਾ ਕਰਤਾਂ ਨਾਲੋਂ ਨੂੰ ਜੋੜ ਲਈਏ ਤਾਂ ਉਹਨਾਂ ਨਾਲੋਂ ਵੱਡਾ ਵੀ ਹੈ ਅਤੇ ਸੱਸੀ ਪੁੰਨੂ ਕਿੱਸਾ ਨਾਲੋਂ ਲਗਭਗ ਦੂਣਾ ਅਤੇ ਸੱਸੀ ਪੁੰਨੂ ਅਤੇ ਸੋਹਣੀ ਮਹੀਂਵਾਲ ਨੂੰ ਜੋੜਿਆਂ ਉਹਨਾਂ ਦੋਵਾਂ ਜੇਡ ਬਣ ਜਾਂਦਾ ਹੈ ਅਤੇ ਇਹਦੀਆਂ ਤੁਕਾਂ ਦੀ ਗਿਣਤੀ 1026 ਦੇ ਨੇੜੇ ਤੇੜੇ ਵੇ। ਡਾਕਟਰ ਨਾਮ ਸਿੰਘ ਸ਼ਾਨ ਆਖਦੇ ਨੇ ਵੀ ਉਹ ਹਾਸ਼ਮ ਸ਼ਾਹ ਹੋਰਾਂ ਦੀ ਸ਼ੀਰੀ ਫਰਿਆਦ ਦੇ 10 ਹੱਥ ਲਿਖਤੀ ਉਤਾਰੇ ਵੇਖ ਸਕੇ ਨੇ। ਉਹਨਾਂ ਵਿੱਚੋਂ ਸਿਰਫ ਰਿਕਾਰਡ ਆਫਿਸ ਪੰਜਾਬ ਦੇ ਮਸਵਦਾ ਨੰਬਰ M373/44-45 ਵਿੱਚ ਦਰਜ ਉਤਾਰਾ ਵੀ ਚੋਖਾ ਸੋਹਣਾ ਸੁਨੱਕਾ ਹੈ। ਉਸ ਉੱਤੇ ਹੱਥਾਂ ਨਾਲ ਲਿਖਣ ਵਾਲੇ ਨੇ ਤਾਰੀਖ ਦਰਜ ਨਹੀਂ ਕੀਤੀ, ਪਰ ਰਿਕਾਰਡ ਦੇ ਦਫ਼ਤਰ ਵਿੱਚ ਪਿਆ ਹੋਇਆ ਦੂਜਾ ਕਲਮੀ ਨੁਸਖਾ ਜਿਹੜਾ M/486 ਇਹ ਇਸ ਗੱਲੋਂ ਜ਼ਿਆਦਾ ਸਲਾਹਣਯੋਗ ਹੈ। ਇਹ ਨੁਸਖਾ ਫਾਰਸੀ ਅੱਖਰਾਂ ਵਿੱਚ ਹੈ ਅਤੇ ਸੰਮਤ 1869 ਬਿਕਰਮੀ ਮੁਤਾਬਕ 1812 ਈਸਵੀ ਦਾ ਸੰਨ ਲਿਖਿਆ ਹੋਇਆ। ਇਸ ਦੇ ਬਾਹਰ ਦੇ ਸਫ਼ੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਮੋਹਰ ਵੀ ਲੱਗੀ ਹੋਈ ਹੈ, ਜਿਸ ਦੀ ਇਬਾਰਤ ਕੁਝ ਇੰਜ ਹੈ: ਅਕਾਲ ਸਹਾਏ ਰਣਜੀਤ ਸਿੰਘ, ਦਾਰੁਲ ਤਖ਼ਤ, ਸੰਮਤ 1869। ਤੋ ਪਿਆਰਿਓ, ਇਹ ਸੀ ਜ਼ਿਕਰ ਹਾਸ਼ਮ ਸ਼ਾਹ ਜੀਵਨ ਅਤੇ ਰਚਨਾ ਦਾ। ਹੁਣ ਅਸੀਂ ਤੁਹਾਡੇ ਨਾਲ ਹਾਸ਼ਮ ਸ਼ਾਹ ਦੇ ਸ਼ੀਰੀ ਫਰਿਹਾਦ ਕਿੱਸੇ ਦੇ ਕੁਝ ਸ਼ੇਰ ਸਾਂਝੇ ਕਰਨੇ ਹਾਂ ਕਿ ਕੋ ਫਰਿਹਾਦ ਵੱਲੋਂ ਗੱਲ ਕਿਉਂ ਕਰ ਬਣਿਆ ਇਸ਼ਕ ਮੁਜੇਰਾ, ਅਤੇ ਹੁਣੇ ਉਹ ਵੇਖ ਗਲੀ ਇਸ ਹਾਸ਼ਮ ਪੈਰ ਕਰੇ ਸਾਂ ਫੇਰਾ, ਅਤੇ ਵੱਸਦਾ ਇੱਕ ਤਰਖਾਣ ਵਿਚਾਰਾ ਉਸੇ ਸ਼ਾਮ ਸ਼ਹਿਰ ਵਿੱਚ, ਉਸਤਾਕਾਰ ਇਮਾਰਤ ਕਰਦਾ ਬਾਦਸ਼ਾਹਾਂ ਦੇ ਘਰ ਵਿੱਚ, ਤਾਂ ਉਸਦਾ ਅਕਲ ਹੁਨਰ ਵਿੱਚ ਉਸ ਥੀ ਬੜਾ ਅਲਾਮਾ, ਅਫਲਾਤੂਨ ਜਹੇ ਵਿੱਚ ਖਿਦਮਤ ਹੋਵਣ ਵਾਂਗ ਗੁਲਾਮਾ, ਕਹਿੰਦੇ ਲੋਕ ਫਰਿਸ਼ਤਾ ਉਸਨੂੰ ਅਕਲ ਉਸ ਸਮੇਂ ਦੇ,
ਉਸ ਦਾ ਨਾਮ ਸ਼ਹਿਰ ਵਿੱਚ ਘਰ ਵਿੱਚ ਸੀ ਫਰਹਾਦ ਸਦੀਂਦੇ। ਸਾਹਿਬ ਹੁਸਨ ਅਵਾਇਲ ਉਮਰੇ ਨਾਜ਼ਕ ਸੁਖਨ ਰਸੀਲੇ, ਜਿਉਂ ਘਰ ਸਰੂ ਚਮਨ ਵਿੱਚ ਹੋਵੇ ਤਿਉਂ ਵਿੱਚ ਖੇਸ਼ ਕਬੀਲੇ। ਸਾਹਿਬ ਦਰਦ ਤਬੀਅਤ ਜੂਲਾਂ ਹਰਫ ਸਿਆਨਣ ਵਾਲਾ, ਅਤੇ ਚਮਕ ਮਰੋੜ ਮਹਿਬੂਬਾਂ ਵਾਲੀ ਖੂਬ ਪਛਾਣਨ ਵਾਲਾ। ਆਇਆ ਮਰਦ ਗਰੀਬ ਵਿਚਾਰਾ ਵੱਸਦਾ ਵਿੱਚ ਸ਼ਹਿਰ ਦੇ, ਖਾਤਰ ਵਿੱਚ ਅਮੀਰ ਨਾ ਰੱਖਦਾ ਆਪਣੇ ਜ਼ੋਰ ਹੁਨਰ ਦੇ। ਲਸ਼ਕਰ ਫੌਜ ਵੱਲੋਂ ਮਗਰੂਰੀ ਦਿਲ ਵਿੱਚ ਤਾਜ ਬਰਾਂ ਦੇ, ਅਤੇ ਸਾਹਿਬ ਹੁਸਨ ਜ਼ਿਆਦਾ ਰੱਖਦੇ ਗਾਹਕ ਲੱਖ ਜਿਨ੍ਹਾਂ ਦੇ। ਹਰਦਮ ਨਾਲ ਅੰਦੇਸ਼ੇ ਰਹਿੰਦੇ ਜ਼ੋਰ ਹਕੂਮਤ ਵਾਲੇ, ਆਜਿਜ਼ ਬੇਪਰਵਾਹ ਹਮੇਸ਼ਾ ਸਬਰ ਕਨਾਇਤ ਵਾਲੇ। ਸਾਹਿਬ ਜ਼ੋਰ ਵਲਾਇਤ ਕਹਾਵਣ ਮਾਰ ਕਿਸੇ ਜਾਂ ਮਰ ਕੇ, ਅਤੇ ਆਜਿਜ਼ ਐਸ਼ ਕਰਨ ਵਿੱਚ ਘਰ ਦੇ ਜ਼ੋਧ ਮਜੂਰੀ ਕਰਕੇ। ਦੋ ਦਮ ਮਾਨ ਜੁਦਾਈ ਝੂਠੀ ਵਿੱਚ ਅਮੀਰ ਫਕੀਰਾਂ, ਦੋਵੇਂ ਖਾਕ ਰਲਨ ਹਰ ਆਜਿਜ਼ ਪੈ ਕੇ ਮੌਤ ਜ਼ੰਜੀਰਾਂ। ਨਾਲ ਪਿਓ ਫਰਹਾਦ ਹਮੇਸ਼ਾ ਕਰਦਾ ਉਸਤਾਕਾਰੀ, ਅੰਦਰ ਸ਼ੀਸ਼ ਮਹਿਲ ਜ਼ਨਾਨੇ ਕਰਦਾ ਸੀ ਗੁਲਕਾਰੀ। ਦੌਲਤਮੰਦ ਹਕੂਮਤ ਵਾਲੇ ਹਰਗਜ਼ ਪਹੁੰਚ ਨਾ ਹੋਵੇ, ਸਾਹਿਬ ਹੋਸ਼ ਅਕਲ ਦੇ ਜ਼ੋਰੇ ਜਿੱਥੇ ਜਾ ਖੜੋਵੇ। ਉਹ ਮਹਿਲ ਅਜਿਹਾ ਆਇਆ ਸ਼ੀਰੀ ਨਾਮ ਪਰੀ ਦਾ, ਜੋ ਕੋ ਨਜ਼ਰ ਕਰੇਂਦਾ ਉਸ ਵੱਲ ਤੀਰੀ ਲੇਖ ਕਰੀਦਾ। ਪੰਛੀ ਪੰਖ ਨਾ ਫਰਕਣ ਉਸ ਵੱਲ ਜਾਣ ਦਿਲੋਂ ਸਭ ਡਰਦੇ, ਤਿਸ ਦੇ ਵਿੱਚ ਪਿਓ ਪੁੱਤ ਦੋਵੇਂ ਕਾਰ ਹਮੇਸ਼ਾ ਕਰਦੇ। ਹੋਵਣ ਹਾਰ ਅਜਿਹੇ ਆਹੇ ਰੱਬ ਸੱਚੇ ਦੀ ਕਰਨੀ, ਲਿਖਿਆ ਕੌਣ ਮਟਾਵੇ ਹਾਸ਼ਮ ਗਿਆਨ ਕਥਾ ਜਗ ਤਰਨੀ। ਅਤੇ ਇੱਕ ਦਿਨ ਨਜ਼ਰ ਪਈ ਫਰਿਹਾਦੇ ਮਹਿਲ ਸਰਾਹ ਵਿੱਚ ਫਿਰਦੀ, ਸ਼ੀਰੀ ਮਿਸਲ ਪਰੀ ਸ਼ਹਿਜ਼ਾਦੀ ਇਸਤੰਬੋਲ ਸ਼ਹਿਰ ਦੀ। ਅਤੇ ਲੱਗਾ ਤੀਰ ਝਰੋਕੇ ਵਿੱਚ ਵਿੱਚ ਚਾਣਕ ਵਿੱਚ ਜਿਗਰ ਦੇ, ਅਤੇ ਉੱਡੀ ਅਕਲ ਦਿਮਾਕੋਂ ਵਿਸਰੇ ਰਸਤੇ ਅਕਲ ਫਿਕਰ ਦੇ। ਪਰੀਆਂ ਵੇਖ ਲਜਾਵਣ ਸੂਰਤ ਸ਼ੀਰੀ ਜਿਸਮ ਬਣਾਇਆ, ਕਹੋ ਕੀ ਹੋਸ਼ ਰਹੇ ਉਸ ਜਿਸ ਵਿੱਚ ਪਵੇ ਪਰੀ ਦਾ ਸਾਇਆ। ਅਤੇ ਲੜਿਆ ਨਾਗ ਬਿਰੋਂ ਦਾ ਦਿਲ ਨੂੰ ਜ਼ਾਲਮ ਜ਼ਹਿਰ ਅਲੂਦਾ, ਔਖਦ ਵੇਦ ਨਾ ਦਿਸਦਾ ਕੋਈ ਮੰਤਰ ਪਵੇ ਬੇਹੂਦਾ। ਝੂਠਾ ਤੀਰ ਸਹਿਰ ਦਾ ਮਹਿਲੋਂ ਸ਼ੀਰੀ ਚਸ਼ਮ ਚਲਾਇਆ, ਬੇਤਕਸੀਰ ਮਜੂਰਾ ਆਜਿਜ਼ ਨਾਹਕ ਮਾਰ ਗਵਾਇਆ। ਪਰ ਸਰਕਾਰ ਮਹਿਬੂਬਾਂ ਵਾਲੇ ਇਸ ਬੱਬਰ ਚੀ ਖਾਨੇ, ਸੋਈ ਪਕੜ ਕੁਹਾਵਣ ਖਾਵਣ ਤਾਜ਼ੇ ਹੋਣ ਤਵਾਨੇ। ਲਿਖਣਾ ਭੁੱਲ ਗਿਆ ਫਰਿਹਾਦੇ ਉਠਕੀ ਨਜ਼ਰ ਦੀਵਾਰੋਂ, ਚਮਕੀ ਤਾਂਗ ਝਰੋਕੇ ਵੱਲ ਦੀ ਮੁੜ ਕੇ ਨਕਸ਼ ਨਗਾਰੋਂ। ਅਚਰਜ ਸਾਕ ਸ਼ਕਦਾ ਬਣਿਆ ਖੁਸ਼ ਹੋ ਜਾਣ ਗਵਾਵੇ, ਟੂੰਡਣ ਮਿਰਗ ਸ਼ਿਕਾਰੀ ਤਾਈਂ ਫੇਰ ਕਿਵੇਂ ਮੁੜ ਆਵੇ। ਡਰਦਾ ਖੌਫ ਪਿਓ ਦੇ ਮੁੜ ਮੁੜ ਪਕੜੇ ਕਲਮ ਲਾਚਾਰੀ, ਅਤੇ ਡੋਲਣ ਦਸਤ ਨਾ ਚਾਹਣ ਚਸ਼ਮਾ ਕੌਣ ਕਰੇ ਗੁਲਕਾਰੀ। ਅਤੇ ਡੋਲਣ ਦਸਤ ਨਾ ਚਾਹਣ ਚਸ਼ਮਾ ਕੌਣ ਕਰੇ ਗੁਲਕਾਰੀ। ਤੋ ਪਿਆਰਿਓ, ਇਹ ਕਲਾਮ ਸੀ ਸ਼ੀਰੀ ਫਰਿਹਾਦ ਵਿੱਚੋਂ ਹਾਸ਼ਮ ਸ਼ਾਹ ਜੀ ਦਾ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਲੈਂਦਾ। ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਸਲਾਮਤ ਰਹੋ।